ਸਤਿ ਸ਼੍ਰੀ ਅਕਾਲ, ਆਦਾਬ, ਹੈਲੋ, ਨਮਸਕਾਰ। ਮੈਂ ਤੁਹਾਡਾ ਆਪਣਾ ਸਤਿੰਦਰ ਸਰਤਾਜ। ਜਿਸ ਤਰ੍ਹਾਂ ਕਿ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਮੁੰਬਈ ਸ਼ਹਿਰ ਤੋਂ ਫੇਸਬੁੱਕ ਹੈੱਡ ਆਫਿਸ ਤੋਂ ਉਹਨਾਂ ਦੇ ਤੋਂ ਲਾਈਵ ਹੋਵਾਂਗੇ, ਅਤੇ ਅਸੀਂ ਇੱਥੇ ਪਹੁੰਚ ਗਏ ਹਾਂ। ਤੁਸੀਂ ਸਾਰਾ ਆਲਮ ਦੇਖ ਰਹੇ ਹੋ ਕਿੱਡਾ ਖੂਬਸੂਰਤ ਸਜਾਇਆ ਹੋਇਆ, ਔਰ ਇਹ ਕਲਾਕਾਰਾਂ ਦਾ ਮੱਕਾ ਹੈ। ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਿ ਉਹਨਾਂ ਨੇ ਸਾਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਇਹੀ ਲਵ ਸੀਲ ਕੀਤਾ, ਔਰ ਅਸੀਂ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ। ਜਿਸ ਤਰ੍ਹਾਂ ਦੇ ਵੀ ਤੁਹਾਡੇ ਸਵਾਲਾਤ ਹੋਣਗੇ ਜਾਂ ਗੁਫ਼ਤਗੂ ਹੋਏਗੀ ਜਾਂ ਕਨਵਰਸੇਸ਼ਨ ਜਿਹੜੀ ਵੀ ਹੋਏਗੀ, ਅਸੀਂ ਹਾਜ਼ਰ ਹਾਂ। 11 AM ਤੋਂ ਥੋੜ੍ਹਾ ਜਿਹਾ ਅਸੀਂ ਦੇਰੀ ਹੋਈ ਹੈ, 5 ਮਿੰਟ ਦੀ, ਅਸੀਂ ਗੁਸਤਾਖੀ ਮਾਫ਼ੀ ਚਾਹੁੰਦੇ। ਸੋ ਲੈਟਸ ਸਟਾਰਟ ਇਟ। ਵੀਰ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫੇਸਬੁੱਕ ਆਫਿਸ ਵਿੱਚ ਮੁੰਬਈ 'ਚ। ਥੈਂਕ ਯੂ ਜੀ। ਅਤੇ ਹੁਣ ਟਾਈਮ ਨਾ ਹੋਰ ਲੈਂਦੇ ਹੋਏ ਅਸੀਂ ਸਿੱਧੀ ਗੱਲਬਾਤ 'ਤੇ ਆਵਾਂਗੇ ਜੀ। ਅਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਤੁਹਾਡੇ ਫੈਨਸ ਬਾਰੇ ਜੀ। ਅਤੇ ਮੈਂ ਕਹਿਣਾ ਚਾਹੂੰਗਾ ਵੀਰ ਜੀ, ਤੁਹਾਡੇ ਜਿਹੜੇ ਫੈਨਸ ਨੇ ਉਹ ਖਾਲੀ ਫੈਨਸ ਹੀ ਨਹੀਂ ਹੈਗੇ, ਤੁਹਾਡੇ ਐਡਮਾਇਰਰਸ ਨੇ, ਜਾਂ ਇੱਦਾਂ ਕਿਉਂ? ਪਤਾ ਨਹੀਂ ਕੋਇੰਸੀਡੈਂਸਲੀ ਕਿ ਤੁਸੀਂ, ਮੈਂ ਹਮੇਸ਼ਾ ਉਹਨਾਂ ਨੂੰ ਕਦੀ ਫੈਨਸ ਕਹਿੰਦਾ ਵੀ ਨਹੀਂ ਹੈ ਜੀ, ਮੈਂ ਐਡਮਾਇਰਰਸ ਹੀ ਕਹਿੰਦਾ, ਜਿਹੜੇ ਮਤਲਬ ਕਿ ਤੁਹਾਨੂੰ ਇੰਨੀ ਜ਼ਿਆਦਾ ਜ਼ੀਲ ਦਿੰਦੇ ਆ, ਐਨਰਜੀ ਦਿੰਦੇ ਆ, ਅਸੀਸਾਂ ਦਿੰਦੇ, ਦੁਆਵਾਂ ਦਿੰਦੇ, ਵਿਸ਼ਸ ਦਿੰਦੇ, ਜਿਨ੍ਹਾਂ ਦੀ ਬਨਿਸਬਤ ਤੁਸੀਂ ਫਨਕਾਰ ਹੋ ਸਕਦੇ ਹੋ। ਮੈਂ ਸਮਝਦਾ ਕਿ ਦੁਨੀਆ ਦੇ ਵਿੱਚ ਜਿੰਨੇ ਵੀ ਵੱਡੇ ਫਨਕਾਰ ਹੋਏ ਹੋਣਗੇ ਉਹ ਆਪ ਨਹੀਂ ਹੋ ਸਕਦੇ, ਉਹਨਾਂ ਨੂੰ ਮੁਹੱਬਤ ਕਰਨ ਵਾਲਿਆਂ ਦੀ ਵਜ੍ਹਾ ਦੇ ਨਾਲ ਉਹ ਐਡੇ ਵੱਡੇ ਫਨਕਾਰ ਬਣਦੇ ਆ। ਔਰ ਮੈਂ ਆਪਣੇ ਚਾਹੁਣ ਵਾਲਿਆਂ ਨੂੰ ਬਹੁਤ ਜ਼ਿਆਦਾ ਦਿਲੋਂ ਮੁਹੱਬਤ ਕਰਦਾ। ਤੁਸੀਂ ਕਦੀ ਦੇਖਿਓ, ਅਸੀਂ ਜਦੋਂ ਕੌਂਸਰਟਸ ਕਰਦੇ ਹਾਂ, ਚਾਹੇ ਉਹ ਪੰਜਾਬ 'ਚ, ਚਾਹੇ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਵਰਲਡ 'ਚ, ਕਿਤੇ ਵੀ ਜਿੱਥੇ ਵੀ ਲੋਕ ਵੱਸਦੇ ਆ, ਅਸੀਂ ਹੁਣ UK ਟੂਰ ਕੀਤਾ, ਲੋਕ ਚੀਜ਼ਾਂ ਬਣਾ ਕੇ ਲਿਆਉਂਦੇ ਆ ਤੁਹਾਡੇ ਲਈ, ਕੋਈ ਪੇਂਟਿੰਗ, ਕੋਈ ਕੁਛ, ਛੋਟੇ ਛੋਟੇ ਬੱਚੇ ਆਉਂਦੇ ਆ ਗਲਾਸ ਦੇ ਉੱਤੇ ਤਸਵੀਰ ਬਣਾ ਕੇ, ਟੀ ਸ਼ਰਟਸ ਦੇ ਉੱਤੇ ਜਾਂ ਕੁਛ, ਉਹ ਸਾਰੀਆਂ ਚੀਜ਼ਾਂ ਮੇਰੀ ਜ਼ਿੰਦਗੀ ਦਾ ਸਰਮਾਇਆ, ਜਿਵੇਂ ਮੈਂ ਕਹਿੰਦਾ ਸਰਮਾਏ ਜ਼ਿੰਦਗੀ ਦੇ ਹੀ ਦੌਲਤਾਂ ਕਮਾਈਆਂ, ਅਤੇ ਮੈਂ ਉਹਨਾਂ ਨੂੰ ਬਹੁਤ ਸਾਂਭ ਸਾਂਭ ਕੇ ਰੱਖਦਾ। ਮੈਂ ਆਪਣੇ ਘਰ 'ਚ ਇੱਕ ਰੂਮ ਬਣਾਇਆ ਹੋਇਆ ਜਿੱਥੇ ਮੈਂ ਸਾਰੀਆਂ ਚੀਜ਼ਾਂ ਸਜਾਈਆਂ ਵੀ ਹੋਈਆਂ, ਸਾਂਭ ਕੇ ਵੀ ਰੱਖੀਆਂ ਹੋਈਆਂ, ਔਰ ਹਮੇਸ਼ਾ ਰੱਖਦਾ ਰਹਾਂਗਾ, ਕਿਉਂਕਿ ਕਿਸੇ ਵੀ ਫਨਕਾਰ ਦੀ ਜ਼ਿੰਦਗੀ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹਨ ਇਹ ਬੇਸ਼ਕੀਮਤੀ ਨੇ, ਬਾਕੀ ਤਾਂ ਕੰਮ ਚੱਲੀ ਜਾਂਦਾ, ਛਾਨਣ ਹੱਲੀ ਜਾਂਦਾ। ਅੱਛਾ ਵੀਰ ਜੀ, ਹੁਣ ਅਗਲਾ ਸਵਾਲ ਅਸੀਂ ਤੁਹਾਡੇ ਕੋਲ ਪੁੱਛਾਂਗੇ ਜੀ, ਸਤਿੰਦਰਪਾਲ ਸਿੰਘ ਤੋਂ ਸਤਿੰਦਰ ਸਰਤਾਜ ਤੱਕ ਦਾ ਸਫ਼ਰ ਜੀ, ਕਿਸ ਤਰ੍ਹਾਂ ਇਸ ਸਫ਼ਰ 'ਤੇ ਤੁਸੀਂ ਪਹੁੰਚੇ, ਕਿਸ ਤਰ੍ਹਾਂ ਥੋੜ੍ਹਾ ਇਸ ਚੀਜ਼ 'ਤੇ ਰੋਸ਼ਨੀ ਤੁਸੀਂ ਪਾਓ? ਜਦੋਂ ਨੁਕਤੇ ਦੀ ਗੱਲ ਆਈ ਤਾਂ ਨੇਤਰ ਆਪ ਬੰਦ ਹੋਏ, ਇਹ ਗੱਲ ਲੱਖਾਂ ਅਗਾਸਾਂ ਦੀ, ਕਰੋੜਾਂ ਫੇਰ ਚੰਦ ਹੋਏ, ਸਤਿੰਦਰਪਾਲ ਸਿੰਘ ਸਰਤਾਜ ਨੇ ਹੁਣ ਬੋਲਣਾ ਕੀ, ਉਹ ਰੱਬ ਸਭ ਜਾਣਦਾ ਬੰਦਿਆ, ਤੂੰ ਦਿਲ ਨੂੰ ਖੋਲ੍ਹਣਾ ਕੀ, ਜਦੋਂ ਫਨਕਾਰੀਆਂ ਬੋਲਣ ਉਦੋਂ ਖੁਦ ਬੋਲਣਾ ਕੀ। ਸੋ ਮੈਂ ਇਹ ਸਮਝਦਾ ਕਿ ਆਪਣੇ ਬਾਰੇ ਜਦੋਂ ਦੱਸਣਾ ਹੋਵੇ ਤਾਂ ਤੁਹਾਡੀ ਫਨਕਾਰੀ ਦੱਸੇ ਕਿ ਤੁਹਾਡੀ ਰੂਹ ਕੀ ਕਹਿੰਦੀ ਹੈ, ਤੁਹਾਡਾ ਵਜੂਦ ਕੀ ਕਹਿੰਦਾ,